ਪਰ ਤੁਹਾਨੂੰ ਕੀ ਲੱਗਦਾ ਵੀ ਇਹ ਪ੍ਰਧਾਨ ਕੋਲੇ ਫੋਰਚੂਨਰ ਗੱਡੀ ਹੋਣੀ ਚਾਹੀਦੀ ਹੈ ਸਾਡੇ ਪੰਜਾਬ ਦੇ ਲੋਕਾਂ ਦਾ ਪੈਸਾ ਤੁਸੀਂ ਗੱਡੀ ਰੱਖਣੀ ਛੋਟੀ ਰੱਖ ਲਓ ਜਿਹਦੀ ਮਹੀਨੇਜ 7-8 ਦੀ ਐਵਰੇਜ ਆ ਫਿਰ ਤੋੜੇ ਤੇ ਰਾਜਨੀਤਿਕ ਲੋਕਾਂ ਦੇ ਵਿੱਚ ਕੀ ਫਰਕ ਰਹਿ ਗਿਆ ਦੂਜੀ ਗੱਲ ਜਿਹੜਾ ਇਹ ਰੌਲਾ ਪੈ ਰਿਹਾ ਰੌਲਾ ਪੈਣ ਦਾ ਕਾਰਨ ਹੈ ਮੈਨੂੰ ਲੱਗਦਾ ਪੈਸਾ ਹੋਰ ਬਹੁਤ ਵੱਡੇ ਪੱਧਰ ਤੇ ਇਹਨਾਂ ਦੇ ਖੁਲਾਸੇ ਹੋਣੇ ਨੇ ਤੇ ਲੋਕਾਂ ਨੇ ਅਸੀਂ ਨਹੀਂ ਕਹਿੰਦੇ ਇਹਨੇ ਲੋਕਾਂ ਨੇ ਇਹਨੂੰ ਕਿਸ ਨੂੰ ਚੋਰ ਕਹਿਣਾ ਕਿਸੇ ਨੇ ਡਾਕੂ ਕਹਿਣਾ ਇਹ ਅਧੂਲਨ ਇਹਨਾਂ ਦੇ ਮੰਦਿਰ ਵਿੱਚ ਭੁਲੇਖਿਆ ਪੰਜਾਬ ਦੇ ਲੋਕਾਂ ਨੇ ਜਿੱਤੇ ਨਾ ਕਿ ਕਿਸਾਨ ਆਗੂਆਂ ਨੇ ਸਸੀਕਾਲ ਜੀ ਤੁਸੀਂ ਜੁੜੇ ਹੋਏ ਲੋਕਾਂ ਪੀਨੇ ਦੇ ਨਾਲ ਤੇ ਮੈਂ ਹਾਂ ਮਨਪੀਰ ਸਿੰਘ ਕਿਸਾਨੀ ਅੰਦੋਲਨ ਨੂੰ ਖਤਮ ਹੋਏ ਨੂੰ ਕਾਫੀ ਲੰਮਾ ਸਮਾਂ ਹੋ ਚੁੱਕਾ ਹੈ ਪਰ ਇਸ ਤੋਂ ਬਾਅਦ ਜੋ ਕਿਸਾਨੀ ਜਥੇਬੰਦੀਆਂ ਦਾ ਆਪਸੀ ਰੌਲਾ ਚੱਲ ਰਿਹਾ ਹੈ ਇਹ ਨਹੀਂ ਸੀ ਚੱਲਣਾ ਚਾਹੀਦਾ ਆਖਿਰ ਇਸ ਦੇ ਪਿੱਛੇ ਕਾਰਨਕੀਤਾ ਇਸ ਸਭ ਦੇ ਵਿਚਾਲੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੇਰੇ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਜੋ ਇਹ ਜਥੇਬੰਦੀਆਂ ਦਾ ਆਪਸੀ ਰੌਲਾ ਚੱਲ ਰਿਹਾ ਹੈ ਇਸ ਦੇ ਪਿੱਛੇ ਤੁਸੀਂ ਕੀ ਕਾਰਨ ਮੰਨਦੇ ਹੋ ਦੇਖ ਮਨਪੀਤ ਸਭ ਤੋਂ ਪਹਿਲਾਂ ਤਾਂ ਗੱਲ ਹੀ ਹੈ ਕਿ ਰੌਲਾ ਪੈਣ ਨਹੀਂ ਚਾਹੀਦਾ ਸੀ ਦੇਖੋ ਬੜੀਆਂ ਲੋਕਾਂ ਨੇ ਮਿਹਨਤ ਦੇ ਨਾਲ ਸਾਡੇ ਕਿਸਾਨਾਂ ਨੇ ਸਾਡੇ ਪੰਜਾਬ ਦੇ ਲੋਕਾਂ ਨੇ ਬੜੀ ਮਿਹਨਤ ਦੇ ਨਾਲ ਜੱਗੋ ਜ਼ਹਿਰ ਕਰਕੇ ਉਹ ਕਾਨੂੰਨਾਂ ਨੂੰ ਵਾਪਸ ਕਰਵਾਇਆ ਨਹੀਂ ਤਾਂ ਸ਼ਾਇਦ ਇਹ ਹੁਣ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਸ਼ਾਇਦ ਇਹ ਜਿਹੜੇ ਆਗੂ ਨੇ ਕਿਸਾਨ ਆਗੂ ਨੇ ਕਿਹੜੇ ਵੇਲਿਆਂ ਦੇ ਉੱਠ ਕੇ ਉੱਥੋਂ ਆ ਜਾਂਦੇ ਪਹਿਲੀ ਉੱਠ ਕੇ ਆ ਜਾਂਦੇ ਕਾਰਨ ਕਿਸੇ ਉਹਦੇ ਵਿੱਚ ਕਿਉਂ ਨਹੀਂ ਉੱਠ ਕੇ ਸਾਡੇ ਪੰਜਾਬ ਦੇ ਲੋਕ ਖੜੇ ਸੀ ਉੱਠਣ ਨਹੀਂ ਦਿੱਤਾ ਉਹਨਾਂ ਨੇ ਦੂਜੀ ਗੱਲ ਜਿਹੜਾ ਇਹ ਰੌਲਾ ਪੈ ਰਿਹਾ ਰੌਲਾ ਪੈਣ ਦਾ ਕਾਰਨ ਇਹ ਮੈਨੂੰ ਲੱਗਦਾ ਪੈਸਾ ਤੁਸੀਂ ਇਹ ਦੇਖੋ ਜਦੋਂ ਦਾ ਪੈਸੇ ਦਾ ਰੌਲਾ ਪੈ ਰਿਹਾ ਸਾਰੇ ਜਥੇਬੰਦੀਆਂ ਦੇ ਅਸੂ ਵਿੱਚ ਘੁੰਮਣ ਕਹਿਣ ਕੋਈ 50 ਲੱਖ ਦਾ ਇੱਕ ਦੂਜੇ ਤੇ ਬੁਲਾਮ ਲਾ ਰਿਹਾ ਕੋਈ 2 ਲੱਖ ਦਾ ਲਾ ਰਿਹਾ ਪੰਜਾਬ ਦੇ ਲੋਕਾਂ ਦਾ ਪੈਸਾ ਸੋਨੂੰ ਕਿਣ-ਕਿਣ ਕਰਕੇ ਭੇਜਿਆ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਘਰਾਂ ਦੇ ਵਿੱਚੋਂ ਕਣਕ ਤੋਂ ਲੈ ਕੇ ਤੁਹਾਨੂੰ ਰਾਸ਼ਨ ਦਿੱਤਾ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਪਰ ਜਿਹੜੀ ਮੇਨ ਗੱਲ ਹੈ ਮਨਪ੍ਰੀਤ ਪਰ ਇਹ ਨਹੀਂ ਹੋਣਾ ਚਾਹੀਦਾ ਤੁਸੀਂ ਇਹ ਦੇਖੋ ਵੀ ਕੱਲ ਭਾਰਤੀ ਕਿਸਾਨ ਡਕੌਂਦਾ ਦੇ ਪ੍ਰਧਾਨ ਤੇ ਕਿੱਡੇ-ਕੱਡੇ ਇਲਜ਼ਾਮ ਲਾ ਕੇ ਕਿ ਉਹ ਫੋਰਚਨਰ ਗੱਡੀ ਲਿਆਇਆ ਪਰ ਮੈਂ ਇਲਜ਼ਾਮ ਨਹੀਂ ਮੈਨੂੰ ਹੀ ਲੱਗਦਾ ਸੀ ਇੰਟਰਵਿਊ ਵੀ ਕੀਤੀ ਪਰ ਤੁਹਾਨੂੰ ਕੀ ਲੱਗਦਾ ਵੀ ਇਹ ਪ੍ਰਧਾਨ ਕੋਲੇ ਫੋਰਚੂਨਰ ਗੱਡੀ ਹੋਣੀ ਚਾਹੀਦੀ ਹੈ ਸਾਡੇ ਪੰਜਾਬ ਦੇ ਲੋਕਾਂ ਦਾ ਪੈਸਾ ਤੁਸੀਂ ਗੱਡੀ ਰੱਖਣੀ ਛੋਟੀ ਰੱਖ ਲਓ ਜਿਹਦੀ ਮਹੀਨੇ 'ਚ 7-8 ਦੀ ਐਵਰੇਜ ਆ ਫਿਰ ਤੁਹਾਡੇ ਤੇ ਰਾਜਨੀਤਿਕ ਲੋਕਾਂ ਦੇ ਵਿੱਚ ਕੀ ਫਰਕ ਰਹਿ ਗਿਆ ਤੁਹਾਡੇ ਕੋਲ ਫੋਰਚੂਨਰ ਗੱਡੀਆਂ ਪਹਿਲਾਂ ਤਾਂ ਫੋਰਚੂਨਰ ਗੱਡੀਆਂ ਤੁਹਾਡੇ ਕੋਲ ਆ ਨਹੀਂ ਗਈਆਂ ਸੀ ਇਹ ਫੋਰਚੂਨਰ ਗੱਡੀਆਂ ਸਾਡੇ ਪੰਜਾਬ ਦੇ ਲੋਕਾਂ ਨੇ ਦਵਾਈਆਂ ਨੇ ਪਰ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਦੇਖ ਲਓ ਤੁਸੀਂ ਕਮੈਂਟਾਂ ਦੇ ਥੱਲੇ ਦੇਖ ਲਓ ਜਿਵੇਂ ਲੋਕਾਂ ਨੇ ਨਾ ਆਪਦੇ ਸਿਰਾਂ ਦੇ ਉੱਤੇ ਪੱਗ ਬਣਾ ਕੇ ਇਹਨਾਂ ਨੂੰ ਸਿਰ ਦਾ ਤਾਜ ਬਣਾ ਕੇ ਮਨਪ੍ਰੀਤ ਬਿਠਾਇਆ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਵੇਖਿਓ ਹੋਰ ਬਹੁਤ ਵੱਡੇ ਪੱਧਰ ਤੇ ਇਹਨਾਂ ਦੇ ਖਲਾਸੇ ਹੋਣੇ ਨੇ ਤੇ ਲੋਕਾਂ ਨੇ ਅਸੀਂ ਨਹੀਂ ਕਹਿੰਦੇ ਇਹਨੇ ਲੋਕਾਂ ਨੇ ਇਹਨਾਂ ਨੂੰ ਕਿਸੇ ਨੂੰ ਚੋਰ ਕਹਿਣਾ ਕਿਸੇ ਨੇ ਡਾਕੂ ਕਹਿਣਾ ਤੁਸੀਂ ਇਹ ਦੇਖੋ ਜਿੰਨੀਆਂ ਜਥੇਬੰਦੀਆਂ ਦਾ ਆਪਸ ਵਿੱਚ ਰੌਣਾ ਪੈ ਰਿਹਾ ਇੱਕ ਦੂਜੇ ਤੇ ਅਲੀਗੇਸ਼ਨ ਲੱਗ ਰਹੇ ਨੇ ਬੇਸ਼ੱਕ ਤੁਸੀਂ ਰਾਜੀ ਆਲ ਦੀ ਗੱਲ ਕਰੋ ਕਾਦੀਆਂ ਦੀ ਗੱਲ ਕਰ ਲਓ ਤੁਸੀਂ ਢਕੌਂਦਾ ਦੀ ਗੱਲ ਕਰ ਲਓ ਫਿਰ ਇਹ ਸਾਰਾ ਸਿਸਟਮ ਜਿਹਦੀ ਆਪਾਂ ਗੱਲ ਕਰਦੇ ਆ ਇੱਕ ਦਿਨ ਇਹਨਾਂ ਨੂੰ ਜਵਾਬ ਦੇਣਾ ਪਊਗਾ ਇਹ ਨਾ ਜਿਸ ਤਰੀਕੇ ਨਾਲ ਪਹਿਲਾਂ ਹੁੰਦਾ ਸੀ ਲੋਕ ਕਹਿੰਦੇ ਹੁੰਦੇ ਸੀ ਨਾ ਵੀ ਤੁਹਾਡੇ ਤੇ ਵਿਸ਼ਵਾਸ ਨਹੀਂ ਕਰਨਾ ਸੱਚੀ ਇਹਨਾਂ ਨਾਲ ਕਿਸੇ ਤੇ ਵਿਸ਼ਵਾਸ ਨਹੀਂ ਕਰਿਆ ਕਰਨਾ ਇਹਨਾਂ ਨਾਲ ਕਿਸੇ ਵੀ ਬੰਦੇ ਨੇ ਤੁਰਨਾ ਨਹੀਂ ਹੈਗਾ ਕਿਉਂਕਿ ਤੁਸੀਂ ਤੁਹਾਡੇ ਤੋਂ ਲੋਕ ਵਿਸ਼ਵਾਸ ਕਿਹੜੀ ਗੱਲਾਂ ਕਰਨਗੇ ਤੁਹਾਨੂੰ ਪੈਸਾ ਦਿੱਤਾ ਤੁਹਾਡੇ ਨਾਲ ਖੜੇ ਇੱਥੇ ਆ ਕੇ ਤੁਹਾਡਾ ਰੋਲਾ ਪੈ ਜਾਂਦਾ ਜਿਨ੍ਹਾਂ ਲੋਕਾਂ ਨੇ ਪੈਸੇ ਦਿੱਤੇ ਉਹਨਾਂ ਦੇ ਤਾਂ ਗੱਡੀਆਂ ਵਿਕ ਗਈਆਂ ਤੁਹਾਡੇ ਕੋਲੇ ਵੱਡੀਆਂ ਵੱਡੀਆਂ ਗੱਡੀਆਂ ਨੇ ਇਹਨਾਂ ਤੋਂ ਜਵਾਬ ਪੰਜਾਬ ਦੇ ਲੋਕ ਮੰਗਣਗੇ ਤੁਹਾਨੂੰ ਤਾਂ ਕਿਹੜੇ ਬੰਦੇ ਉੱਥੋਂ ਵਾਪਸ ਆ ਜਾਂਦੇ ਤੇ ਇਹ ਉੱਥੇ ਬਾਅਦ ਵਿੱਚ ਤਾਂ ਇਹ ਵੀ ਗੱਲਾਂ ਨਿਕਲ ਕੇ ਆਉਂਦੀਆਂ ਮਨਪ੍ਰੀਤ ਕਿ ਇਹ ਇਹਨਾਂ ਤੋਂ ਤਿੰਨ ਤਿੰਨ ਮਹੀਨਿਆਂ ਬਾਅਦ ਉੱਥੋਂ ਵਾਪਸ ਆ ਜਾਂਦੇ ਪਰ ਜੇ ਪੰਜਾਬ ਦੇ ਲੋਕ ਨਾ ਹੁੰਦੇ ਇਹ ਅਧੂਲਨ ਇਹਨਾਂ ਦੇ ਮਨ ਦੇ ਵਿੱਚ ਭੁਲੇਖਾ ਪੰਜਾਬ ਦੇ ਲੋਕਾਂ ਦੇ ਜਿੱਤੇ ਨਾ ਕਿ ਕਿਸਾਨ ਆਗੂਆਂ ਨੇ ਜਿਸ ਤਰੀਕੇ ਨਾਲ ਰੋਜ਼ ਗੱਲਾਂ ਹੁੰਦੀਆਂ ਨੇ ਤੁਸੀਂ ਇਹ ਵੇਖੋ ਹਰੇਕ ਜਥੇਬੰਦੀ ਦਾ ਬੇਸ਼ੱਕ ਕਿਸੇ ਵੀ ਜਥੇਬੰਦੀ ਦਾ ਆਪਸ ਦੇ ਵਿੱਚ ਇੱਕ ਦੂਜੇ ਨੂੰ ਲੈ ਕੇ ਜ਼ਰੂਰ ਗੱਲਬਾਤ ਹੈਗੀ ਐ ਤੁਸੀਂ ਸਿਹਰਦੋਂ ਤੁਸੀਂ ਸੈਣੇ ਹੋ ਤੁਸੀਂ ਸੱਜੇ ਹੋ ਤੁਹਾਡਾ ਰੌਲਾ ਕਿਉਂ ਪੈਂਦਾ ਭਾਈ ਹੋਰ ਕਿਸੇ ਹੋਰ ਕਿਸੇ ਦਾ ਨਹੀਂ ਪੈਂਦਾ ਇਹ ਬਹੁਤ ਗੱਲਾਂ ਮਨਪ੍ਰੀਤ ਇਹ ਨੇ ਲੱਗਦਾ ਤੁਹਾਨੂੰ ਜੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਹੋ ਜਿਹਾ ਅੰਦੋਲਨ ਵਾਪਰਦਾਗਾ ਤਾਂ ਪੰਜਾਬ ਦੇ ਲੋਕ ਫੇਰ ਇਹਨਾਂ ਦਾ ਪੱਲਾ ਫੜਨਗੇ ਤਾਂ ਮੈਂ ਇੱਕ ਗੱਲ ਦੱਸਦਾ ਮਨਪ੍ਰੀਤ ਜਿੱਥੇ ਪੰਜਾਬ ਦੀ ਗੱਲ ਹੋਊਗੀ ਪੰਜਾਬ ਦੇ ਲੋਕ ਪਿੱਛੇ ਨਹੀਂ ੜ੍ਹਦੇ ਪਰ ਜਿੱਥੇ ਇਸ ਤਰੀਕੇ ਦੇ ਲੋਕਣੋਂ ਉਥੇ ਪੰਜਾਬ ਦੇ ਲੋਕ ਕਦੇ ਇਹਨਾਂ ਨਾਲ ਨਹੀਂ ਜਾਣਗੇ ਕਿਉਂਕਿ ਤੁਸੀਂ ਵੇਖ ਲਓ ਹੁਣ ਤੁਸੀਂ ਇਹ ਵੇਖੋ ਹਰੇਕ ਬੰਦੇ ਦੇ ਇੱਕ ਵਾਰੀ ਤੁਸੀਂ ਕਮੈਂਟ ਵੇਖ ਲਓ ਤੁਸੀਂ ਕੱਲ ਮੈਂ ਨਿੱਜੀ ਚੈਨਲ ਤੇ ਦੇਖਿਆ ਥਲੀ ਕਮੈਂਟ ਦੇਖੋ ਕਿਸ ਤਰੀਕੇ ਦੇ ਲੋਕਾਂ ਨੇ ਵਿਸ਼ਵਾਸ ਕੀਤਾ ਸੀ ਇਹਨਾਂ ਦਾ ਉਹ ਵਿਸ਼ਵਾਸ ਇਹਨਾਂ ਨੇ ਘਾਣ ਕੀਤਾ ਤੁਸੀਂ ਇਹ ਦੇਖੋ ਵੀ ਸਿਆਣ ਵੀ ਜੇ ਧੂਆਂ ਅੱਗ ਲੱਗੀ ਆ ਧੂਆਂ ਫੇਰ ਹੀ ਉੱਡਦਾ ਨਾ ਕੋਈ ਨਾ ਕੋਈ ਗੱਲ ਤਾਂ ਹੁੰਦੀ ਆ ਨਾ ਹੋਰ ਨਹੀਂ ਕਿਸੇ ਤੇ ਅਲੀਗੇਸ਼ਨ ਲੱਗੇ ਤੁਸੀਂ ਗੱਲਾਂ ਤੁਸੀਂ ਕੀ ਕਰਦੇ ਹੋ ਨਿਕਲਦਾ ਕੀ ਆ ਤੁਸੀਂ ਗੱਲ ਕੀਤੀ ਕਿ ਆਉਣ ਵਾਲੇ ਇਵੈਂਟਾਂ ਦੀ ਜਾਂ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਜਦੋਂ ਹੋਰ ਬਹੁਤ ਅੱਗੇ ਅਧੂਲਨ ਲੜਨ ਵਾਲੇ ਪੰਜਾਬ ਦੇ ਪਾਣੀਆਂ ਦੀ ਗੱਲ ਹੋਰ ਬਹੁਤ ਮਤੇ ਪਏ ਆ ਜਿਹਦੇ ਲੜਨ ਵਾਲੇ ਪਰ ਜੇ ਇਨਾਂ ਦੇ ਪਿੱਛੇ ਜਿੱਥੇ ਪੰਜਾਬ ਦੀ ਗੱਲ ਆ ਗਈ ਮਨਪ੍ਰੀਤ ਮੈਂ ਫੇਰ ਕਹਿਣਾ ਸਾਡੇ ਪੰਜਾਬ ਦੇ ਲੋਕ ਤਾਂ ਤੁਰ ਪੈਂਦੇ ਨੇ ਪਰ ਇਨਾਂ ਦੇ ਨਾਲ ਕਿਸੇ ਨੇ ਤੁਰਨਾ ਨਹੀਂ ਜੇਹੀ ਹਾਲਾਤ ਰਿਹਾ ਜਿਸ ਤਰੀਕੇ ਦੇ ਨਾਲ ਤੁਸੀਂ ਡੇਲੀ ਅਸੀਂ ਵੀਡੀਓ ਵੇਖਦੇ ਇਹਨਾਂ ਦੇ ਤੋਂ ਵਿਸ਼ਵਾਸ ਉੱਠ ਜਾਣਾ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵੀ ਯਾਰ ਨਹੀਂ ਤੁਹਾਡੇ ਦੇ ਪੰਜਾਬ ਦੇ ਲੋਕ ਵਿਸ਼ਵਾਸ ਕਰਦੇ ਨੇ ਤੁਹਾਨੂੰ ਹਰੇਕ ਕਿਸਾਨ ਨੇ ਤੁਹਾਨੂੰ ਮੂਹਰੇ ਲਾ ਕੇ ਰੱਖਿਆ ਤੁਹਾਨੂੰ ਆਪਦੇ ਘਰੋਂ ਰਾਸ਼ਨ ਤੋਂ ਲੈ ਕੇ ਪਾਣੀ ਤੱਕ ਦਿੱਤਾ ਪਰ ਤੁਸੀਂ ਪੰਜਾਬ ਦੇ ਲੋਕਾਂ ਦਾ ਮਜ਼ਾਕ ਕਨਾਡਾਓ ਤੁਸੀਂ ਪੰਜਾਬ ਦੇ ਲੋਕਾਂ ਨੂੰ ਇਹ ਨਾ ਸਮਝੋ ਕਿ ਇਹਨਾਂ ਨੂੰ ਨਹੀਂ ਪਤਾ ਤੌੜ ਦੇ ਵਿਸ਼ਵਾਸ ਕੀਤਾ ਸੀ ਬੇਸ਼ੱਕ ਉਹ ਦਿੱਲੀ ਵੇਲੇ ਹੋਵੇ ਤੇ ਬੇਸ਼ੱਕ ਉਹ ਪੰਜਾਬ ਦਾ ਕੋਈ ਹੋਰ ਵੀ ਮੁੱਦਾ ਹੋਵੇ